पुलिस ने कहना केंद्र 75 साल का बंदा नहीं कर सकता इदा के घरे भी मेरे छेड़छाड़ करता होंगे जी इतने गली च चक्कर लाता रहा उन्हें मम्मा ने भी मेरे गलत समान दिया तू भी रख मेरे जिसम भी समान रख बड़े जोर जमे छुट्टी पहले भी कुआरी होंगी तो पिछे पेके घरे भी मेरे ना छेड़छाड़ करता होंगे जी बाद चो इन्हें इतने गली च चक्कर लाता रहा उन्हें मौका वेख के मेरे ना इदा किया छेड़खानी बंदा रेप कर सकता 75 साल का बंदा क्यों नहीं सर ऐसा छेड़छाड़ कर सकता उसे कारवाई की जाए पुलिस ने कहना केंद्र 75 साल का बंदा नहीं कर सकता 60 साल का बंदा रेप कर सकता तो क्यों नहीं सर कर सकता पुलिस वाली कोई सुनाई नहीं कर रही वो यो कह देंगे इन्ने साल का नहीं होना 14 दिन तो हो गए अभी इस तरह जानते हैं तो सा कोई सुनाई नहीं होता मां ने लिख के दिता लिखी रूप के मेरा पुत जरा 84 अटैक मर गया तो हूँ थोड़े चिर बाद ਉਹਨੂੰ ਜਿਹੜਾ ਸਾਬਤ ਕੀਤਾ ਜਿੰਦਾ ਸਾਬਤ ਕੀਤਾ ਆ ਇਹ ਪੁਲਿਸ ਉਹਨੂੰ ਫੜਦੀ ਨਹੀਂ ਕੁਲਦੀਪ ਸਿੰਘ ਐਸੋ ਚ ਨਹੀਂ ਪਾਉਂਦਾ ਜੀ ਬੜੀ ਕਾਫੀ ਵਾਰ ਦੱਸਿਆ ਸੀ ਇਹ ਤੇ ਮੁੜ ਕੇ ਰਾਮਬਾਗ ਦੀ ਪੁਲਿਸ ਨੂੰ ਜੱਜ ਸਾਹਿਬ ਨੇ ਹੁਕਮ ਕੀਤਾ ਸੀ ਤੇ ਫਿਰ ਇਹ ਆਦਮੀ ਨੂੰ ਫੜਿਆ ਤੇ ਫਿਰ ਇਹ ਉਹ ਪਰਚਾ ਕੀਤਾ ਸੀ ਪਹਿਲਾਂ ਫੋਨ ਵੀ ਕੋਈ ਠੱਗੀ ਠੋਰੀ ਦੇ ਮਾਮਲੇ ਇਹ ਬੜੀ ਠੱਗੀ ਠੋਰੀਆਂ ਮਾਰਦਾ ਜੀ ਇਹ ਪੁਲਿਸ ਦੇ ਨਾਲ ਵੀ ਰਲਿਆ ਪੁਲਿਸ ਦਾ ਹੀ ਟਾਊਟ ਆ ਤੇ ਪੁਲਿਸ ਜਿਹੜੀ ਇਹਨੂੰ ਕੋਈ ਫੜਦੀ ਨਹੀਂ ਕਿਸੇ ਤਰ੍ਹਾਂ ਤੇ ਪੂਜਾ ਕੋਰ ਪਤਨੀ ਸੁਖਰਾਜ ਸਿੰਘ ਵਾਸੀ 12 ਨੰਬਰ ਗਈ ਆਪਣੇ ਮਕਬੂਲਪੁਰਾ ਨੇ ਦਿੱਤੀ ਵਾਰ ਖਿਲਾਫ ਕਸ਼ਮੀਰ ਸਿੰਘ ਟੀਡੀ ਦੇ ਖਿਲਾਫ ਦਿੱਤੀ ਸੀ ਜਿਸ ਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਉਹਨੇ ਲੜਕੀ ਨੇ ਛੇੜਖਾਨੀ ਦੀ ਦਰਖਾਸਤ ਦਿੱਤੀ ਹੈ ਇਹਨਾਂ ਦਾ ਪਹਿਲਾਂ ਵੀ ਇਹਨੇ ਲੜਕੀ ਨੇ ਲਵ ਮੈਰਿਜ ਕਰਾਈ ਹੈ ਉਹਦੀ ਜਿਹੜੀ ਇਨਕੁਆਇਰੀ ਹੈ ADSP 3 ਸਾਹਿਬ ਕਰ ਰਹੇ ਹੈ ਜੋ ਵੀ ਮਾਮਲਾ ਸਾਹਮਣੇ ਆਏਗਾ ਉਹਦੀ ਬੰਦੀ ਕਰ ਰਹੇ ਪੀੜਿਤ ਪਰਿਵਾਰ ਨੇ ਆਰੋਪ ਲਗਾਇਆ ਕਿ ਕਾਫੀ ਦਿਨ ਹੋਣ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਕਿ ਜਿਹੜੇ ਦੋਸ਼ੀ ਧਿਰ ਹੈ ਉਹ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਿਤ ਹੈ ਜਿਹਦੇ ਕਰਕੇ ਦਬਾਅ ਚੱਲ ਰਿਹਾ ਇਹਦਾਂ ਦੀ ਕੋਈ ਗੱਲਬਾਤ ਨਹੀਂ ਕੋਈ ਰਾਜਨੀਤਿਕ ਪਾਰਟੀ ਦੀ ਕੋਈ ਗੱਲ ਨਹੀਂ ਹੈ ਨਾ ਹੀ ਸਾਨੂੰ ਕਿਸੇ ਦਾ ਦਬਾਅ ਹੈ ਮੈਰਿਜ ਦੇ ਆਧਾਰ ਤੇ ਵੀ ਜਿਹੜਾ ਕੰਮ ਬੰਦਾ ਹੈਗਾ ਉਹ ਕਰਵਾਈ ਜਾਂਦਾ ਠੀਕ ਹੈ ਲੜਕੀ ਦਾ ਮੈਡੀਕਲ ਵਗੈਰਾ ਕਰਵਾਇਆ ਕੋਈ ਲੜਕੀ ਦਾ ਮੈਡੀਕਲ ਕੋ ਲੜਕੀ ਕਹਿੰਦੀ ਮੈਨੂੰ ਮਾਮੂਲੀ ਕਹਿ ਰਹੀ ਕਿ ਅਸ਼ਲੀਲ ਹਰਕਤਾਂ ਕੀਤੀਆਂ ਗੱਲਾਂ ਕੀਤੀਆਂ ਮਤਲਬ ਨਾ ਕਿ ਉਹਨੇ ਨਿਸ਼ਾਨ ਵਗੈਰਾ ਵੀ ਕਹਿ ਰਹੀ ਸੀ ਕੋਈ ਜਿਹੜੇ ਇਸ ਬਾਰੇ ਸਾਨੂੰ ਇਹਦੇ ਬਾਰੇ ਕੋਈ ਜਿਹੜੀ ਸੜੀ ਲੇਡੀ ਸਬ ਇੰਸਪੈਕਟਰ ਗਰਮੇਲ ਕੋਰ ਨੇ ਪੂਰਾ ਉਹਨੂੰ ਫਿਜ਼ੀਕਲ ਰਿਪੋਰਟ 'ਤੇ ਚੈੱਕ ਕੀਤਾ ਕੋਈ ਤਾਂ ਦੀ ਗੱਲ ਸਾਹਮਣੇ ਨਹੀਂ ਆਈ